ਤਾਂ ਚਿੱਟੇ ਰਾਹੀਂ ਹੋਈ ਆ ਬਸ ਜਦੋਂ ਚਿੱਟਾ ਖਾਈ ਜਾਂਦੇ ਬਹੁਤ ਹੋ ਗਈ ਹੁਣ 6-7 ਸਾਲ ਹੋ ਕੇ ਲੱਗੇ ਨੇ ਕੋਈ ਬੰਦ ਹੀ ਨਹੀਂ ਕਰਦਾ ਗਾ ਸਰਕਾਰ ਨੇ ਤਾਂ ਵਾਧੂ ਚਲਾਇਆ ਇਹ ਦੁਕਾਨਾਂ ਬਣਾ ਤੀਆਂ ਕੋਈ ਨਹੀਂ ਬੰਦ ਕਰਦਾ ਗਾ ਸਾਨੂੰ ਹੁਣ ਕੀ ਪਤਾ ਘਰੇ ਬੁੜੀਆਂ ਨੂੰ ਬੈਠੇ ਕੋਈ ਕੁੱਟ ਮਾਰ ਕਰਕੇ ਪੈਸੇ ਲੈ ਕੇ ਚੀਜ਼ਾਂ ਲੈ ਕੇ ਸਾਨੂੰ ਹੁਣ ਕੀ ਪਤਾ ਕਿੱਥੋਂ ਪਿੰਡ 'ਚ ਦੁਕਾਨਾਂ ਪਾਈਆਂ ਲੋਕਾਂ ਦੀਆਂ ਘਰੋਂ ਲੈ ਕੇ ਜਾਂਦਾ ਸੀ ਪੈਸੇ ਤੇ ਫਿਰ ਕੁੱਟ ਮਾਰ ਕਰਕੇ ਘਰੋਂ ਹੀ ਲੈ ਜਾਂਦਾ ਸੀ ਥਾਂ ਵੇਚਤਾ ਟਰੈਕਟਰ ਵੇਚਤਾ ਸਾਰਾ ਕੁਛ ਵੇਚੀ ਜਾਂਦਾ ਹੈ ਕੀ ਕਹਿ ਰਿਹਾ ਸਾਡੇ ਕੋਲ ਕੁਛ ਨਹੀਂ 1.5 ਕਿੱਲਾ ਹੈ ਕਿੰਨੇ ਬੱਚੇ ਤੁਹਾਡੇ ਮੇਰੇ 2 ਬੇਟੇ ਹੀ ਸੀਗੇ ਕਹਿੰਦੇ ਪਹਿਲਾਂ ਬੱਚੇ ਦੀ ਵੀ ਇਸੇ ਤਰ੍ਹਾਂ ਮੌਤ ਹੋਈ ਸੀ ਹਾਂਜੀ ਉਹ ਵੀ ਚਿੱਟੇ ਨਾਲ ਹੀ ਮਰੀ ਸਾਰਾ ਚੱਲਣਾ ਬੱਚੇ ਨੇ ਐਵੇਂ ਹੋਈ ਹੈ ਮਾਤਾ ਜੀ ਪਹਿਲਾਂ ਵਾਲੇ ਬੇਟੇ ਦੇ ਬੱਚੇ ਕਿੰਨੇ ਸੀ ਤੇ 4 ਕੁੜੀਆਂ ਜੀ ਉਹਦੇ ਤੇ ਹੁਣ ਵਾਲੇ ਦੇ ਕਿੰਨੇ ਹਾਂ ਇੱਕ ਬੱਚਾ ਹੈ ਉਹਨਾਂ ਦੀ ਉਮਰ ਕਿੰਨੀ ਕਿੰਨੀ ਜੀ ਪਹਿਲਾਂ ਵਾਲੇ ਬੱਚੇ ਪੰਜ ਸਾਲਾਂ ਦੇ 40 ਤੋਂ ਤੱਕ ਕੋਈ ਗਿਆ ਹੀ ਨਹੀਂ ਕੰਮ ਕਰਦਾ ਸੀਗਾ ਜੀ ਕੋਈ ਆਵਾਜ਼ ਨਹੀਂ ਕਰਦੇ ਹੋਰ ਆਪਾਂ ਕੰਮ ਕੀ ਕਰ ਠੇਕੇ ਵਾਲੇ ਤੇ ਫਿਰ ਰਾਜੇ ਜੀ ਹੁਣ ਵੇਲੇ ਫਿਰਦੇ ਸੀ ਫਿਰ ਖਬੀਆਂ ਦੇ ਵਿੱਚ ਤੁਰੇ ਫਿਰਦੇ ਸੀ ਕੁੱਟਮਾਰ ਵੀ ਕਰਦੇ ਕਿਹੜੇ ਤੇ ਕਰਦੇ ਵਾਧੂ ਹੀ ਕਰਦੇ ਸੀ ਭਰਾਵਾ ਸਭ ਕੁਝ ਵਾਧੂ ਸੀਗਾ ਕੋਈ ਨਹੀਂ ਰੋਕਦਾ ਸੀ ਨਾ ਰੋਕਦੇ ਸੀ ਜਿਹੜੀ ਚੀਜ਼ ਅਮ ਸਿਆਖ ਚੱਕ ਕੇ ਰੱਖ ਵੇਚ ਜਾਂਦੇ ਖਾ ਲੈਂਦੇ ਜਿਹੜੀ ਚੀਜ਼ ਅਮ ਸਿਆਖ ਵੇਚਦੇ ਥਾਂ ਵੀ ਵੇਚਦੇ ਸਾਰੀ ਚੀਜ਼ ਵੇਚਦੇ ਟੀਕੇ ਲਾਉਂਦੇ ਸੀਗੇ ਘਰੇ ਹਾਂ ਟੀਕੇ ਲੱਗਦੇ ਸੀ ਟੀਕੇ ਘਰੇ ਲਾ ਲੈਂਦੇ ਸੀ ਤਾਂ ਮਤਲਬ ਜੀ ਘਰ ਦਾ ਗੁਜ਼ਾਰਾ ਕਿੱਦਾਂ ਹੁੰਦਾ ਸੀ ਤੇ ਗੁਜ਼ਾਰਾ ਕਿਵੇਂ ਹੁਣ ਸਾਹਿਬ 4-4 ਸਾਲ ਹੋ ਗਏ ਕੱਪੜੇ ਸਿਉਂਤਿਆਂ ਨੂੰ ਪਾਏ ਪਾਟੇ ਪੁਰਾਣੇ ਪਾਏ ਭੁੱਖੇ ਤੇ ਇੱਕ ਟੰਗ ਪਕਾਉਂਦੇ ਸੀ ਇੱਕ ਡੰਗ ਖਾਂਦੇ ਸੀ ਗੁਜ਼ਾਰਾ ਆਪਣਾ ਭੁੱਖੇ ਝਾਈ ਰਹਿ ਕੇ ਕਰਦੇ ਸੀ ਫਿਰ ਆ ਕਦੇ ਪਿੰਡ ਦੇ ਸਰਪੰਚ ਨੂੰ ਜਾਂ ਕਦੇ ਪੁਲਿਸ ਨੂੰ ਇਤਲਾਹ ਨਹੀਂ ਦਿੱਤੀ ਵੀ ਬੱਚੇ ਨਸ਼ਾ ਕਰਦੇ ਵੇਖਦਾ ਪੁਲਿਸ ਪੁਲਿਸ ਕੋਈ ਸੁਣਦਾ ਨਹੀਂ ਸਰਕਾਰ ਜਮਾ ਨਹੀਂ ਸੁਣਦੀ ਗੱਲ ਸਾਡੀ ਇਹ ਵਾਧੂ ਗੱਲ ਆ ਝੂਠੀਆਂ ਗੱਲਾਂ ਸਰਕਾਰ ਕੁਛ ਨਹੀਂ ਕਿਸੇ ਦਾ ਵੀ ਸੁਣਦੀ ਸਰਕਾਰ ਖਾਣ ਵਾਲੀ ਹੈ ਜਿਹਦੇ ਮੁੱਠ ਜਾਂਦੀ ਸਰਕਾਰ ਉੱਧਰ ਜਾਂਦੀ ਗਰੀਬਾਂ ਲਈ ਕੋਈ ਨਹੀਂ ਜਾਂਦਾ ਗਾ ਇਹ ਨਸ਼ੇ ਨਾ ਹੋਈ ਹੈ ਜੀ ਨਸ਼ਾ ਸਾਰਿਆਂ ਨੂੰ ਵੱਧ ਕਰਦੇ ਸੀਗੇ ਜੀ ਬਹੁਤ ਬੁਰੀ ਸਾਡੀ ਹਾਲਤ ਆ ਜੀ ਨਸ਼ੇ ਨੂੰ ਹੋ ਗਏ ਜੀ 7-8 ਸਾਲ ਹੋ ਗਏ ਆ ਜੀ ਨਸ਼ੇਟੇ ਦਾ ਕਰਦਾ ਸੀਗਾ ਜੀ ਟੀਕੇ ਲਾਉਂਦਾ ਸੀਗਾ ਜੀ ਸਾਨੂੰ ਕੁੱਟਦਾ ਮਾਰਦਾ ਸੀ ਆ ਥਾਂ ਵੀ ਵੇਚ ਕੇ ਅਤੇ ਉਹ ਖਾ ਗਿਆ ਜੀ ਗੌਰਮੈਂਟ ਤੋਂ ਕਰਜ਼ਾ ਲੈ ਕੇ ਵੀ ਉਹ ਚਿੱਟਾ ਪੀ ਗਿਆ ਜੀ ਸਾਡੀ ਬਹੁਤ ਜਵਾਕਾਂ ਦਾ ਬਹੁਤ ਬੁਰਾ ਹਾਲ ਆ ਜੀ ਹਾਂ ਵਿਆਹਿਆ ਸੀਗਾ ਜੀ ਮੋਗੇ ਵਿਆਹਿਆ ਸੀਗਾ ਜੀ ਕਿੰਨੇ ਬੱਚੇ ਇੱਕ ਹੀ ਮੁੰਡਾ ਜੀ ਉਹਦਾ ਅਤੇ ਵੱਡੇ ਦੀਆਂ 4 ਕੁੜੀਆਂ ਜੀ ਤੇ ਪਹਿਲਾਂ ਵੀ ਕੋਈ ਮੁੰਡਾ ਤੁਹਾਡਾ ਨਸ਼ੇ ਕਰਕੇ ਮਰਿਆ ਸੀ ਕੋਈ ਹਾਂਜੀ ਉਹ ਵੀ ਨਸ਼ੇ ਨਾਲ ਹੀ ਮਰਿਆ ਜੀ 2 ਬੇਟੇ ਸੀ ਤੁਹਾਡੇ ਹਾਂ 2 ਬੇਟੇ ਸੀਗੇ ਜੀ ਇੱਕ ਮੇਰਾ ਭਤੀਜਾ ਸੀਗਾ ਜੀ ਉਹ ਵੀ ਟੀਕਿਆਂ ਨਾਲ ਹੀ ਉਹ ਮਰ ਗਿਆ ਜੀ ਕੀ ਹਾਲਾਤ ਕੀ ਨੇ ਕਰਦੇ ਗੁਜ਼ਾਰਾ ਕਿਵੇਂ ਹੁੰਦਾ ਸੀ ਗੁਜ਼ਾਰਾ ਸਾਡਾ ਕਾਹਦੇ ਨਾਲ ਹੋਣਾ ਜੀ 1.5 ਕਿੱਲਾ ਪੈਲੀ ਦਾ ਹੈਗਾ ਸਾਡੇ ਕੋਲ ਅਤੇ ਹੁਣ ਕੀ ਕਰੀਏ ਜੀ ਬਹੁਤ ਸਾਡੀ ਬੁਰੀ ਹਾਲਤ ਹੈ ਜੀ ਅੱਜ ਇਸ ਟਾਈਮ 'ਤੇ ਸਾਡੇ ਕੋਈ ਕਮਾਉਣ ਵਾਲਾ ਨਹੀਂ ਕਰਨ ਵਾਲਾ ਨਹੀਂ ਕੀ ਅਸੀਂ ਜਵਾਕਾਂ ਦਾ ਕਰੀਏ ਜੀ ਗੁਜ਼ਾਰਾ ਸਾਡਾ ਨਹੀਂ ਹੁੰਦਾ ਕੌਣ ਕੌਣ ਹੈ ਘਰੇ ਹੁਣ ਕੌਣ ਕੌਣ ਰਹਿ ਗਿਆ ਘਰੇ ਕੋਈ ਨਹੀਂ ਰਹਿ ਗਿਆ ਜੀ ਮੈਂ ਰਹਿ ਗਿਆ ਮੇਰੀ ਹਾਲਤ ਟੁੱਟੀ ਹੈ ਆਹ ਤੁਸੀਂ ਵੇਖ ਲਓ ਜਵਾਕਾਂ ਦਾ ਕਿ ਇਹ ਜਵਾਕ ਕੀ ਕਰ ਸਕਦੇ ਹੈ ਫਿਰ ਇਹਨਾਂ ਦੀ ਪੜ੍ਹਾਈ ਦਾ ਖਰਚਾ ਵੀ ਹੋਣਾ ਚਾਹੀਦਾ ਜੀ ਫਿਰ ਦੱਸੋ ਜੀ ਸਾਡਾ ਟਾਈਮ ਪਾਸ ਦਾ ਬਹੁਤ ਬੁਰਾ ਹਾਲਤ ਹੈ ਜੀ ਕੁਛ ਨਾ ਕੁਛ ਸਾਨੂੰ ਸਹਾਇਤਾ ਮਿਲਣੀ ਚਾਹੀਦੀ ਹੈ ਵੱਡੇ ਮੁੰਡੇ ਦੀ ਮੌਤ ਕਦੋਂ ਹੋਈ ਸੀਗੀ ਵੱਡੇ ਮੁੰਡੇ ਦੀ ਮੌਤ ਨੂੰ 8 ਸਾਲ ਹੋ ਗਏ ਜੀ ਉਹ ਵੀ ਨਸ਼ੇ ਨਾਲ ਹੀ ਹੋਈ ਸੀ ਉਹ ਵੀ ਨਸ਼ੇ ਨਾਲ ਹੀ ਹੋ ਗਈ ਉਹ ਕਿੰਨੀ ਦੇਰ ਤੋਂ ਕਰਦਾ ਸੀਗਾ ਉਹ ਉਦੋਂ ਪਹਿਲਾਂ ਦਾ ਕਰਦਾ ਸੀਗਾ ਜੀ ਉਹਨੇ ਵੀ ਬਹੁਤ ਸਾਡਾ ਅੰਤ 'ਤੇ ਖਰਾਬ ਸਾਨੂੰ ਬਹੁਤ ਉਹਨੇ ਵੀ ਕੀਤਾ ਇਹਨੇ ਤਾਂ ਹੱਦ ਹੀ ਨਗਾਤੀ ਜੀ ਕਿਤੋਂ ਅੱਗੋਂ ਰੋਕ ਨਹੀਂ ਲੱਗੀ ਤੁਸੀਂ ਵੇਖੋ ਜੀ ਸਾਡੇ ਘਰ ਦੀ ਹਾਲਤ ਵੇਖੋ ਬਾਪੂ ਜੀ ਕਦੇ ਤੁਸੀਂ ਥਾਣੇ ਦਰਬਾਰੇ ਜਾਂ ਕਦੇ ਪਿੰਡ ਦੇ ਪੰਚਾਇਤ ਨੂੰ ਨਹੀਂ ਕਦੇ ਇਹਦੇ ਬਾਰੇ ਇਤਲਾਹ ਦਿੱਤੀ ਕਿ ਪਿੰਡ 'ਚ ਚਿੱਟਾ ਵਿਕ ਰਿਹਾ ਜਾਂ ਮੇਰੇ ਪੁੱਤ ਜਿਹੜੇ ਚਿੱਟਾ ਖਾਂਦੇ ਅਸੀਂ ਜੀ ਉਹਨਾਂ ਕੋਲ ਬਥੇਰਾ ਰੋਏ ਆ ਜੀ ਕੋਈ ਨਹੀਂ ਸੁਣਦਾ ਆਹ ਵੋਟਾਂ ਦੀਆਂ ਝਾਕਾਂ ਜੀ ਅੱਗੋਂ ਆਹ ਵੋਟਾਂ ਲੈ ਲੈਂਦੇ ਆ ਪਹਿਲਾਂ ਵਾਅਦੇ ਕਰ ਲੈਂਦੇ ਫਿਰ ਵਾਅਦਿਆਂ ਤੋਂ ਭੱਜ ਜਾਂਦੇ ਜੀ ਆਪੇ ਹੀ ਆ ਹੁਣ ਭੱਜੇ ਹੀ ਆ ਜੀ ਕੋਈ ਗੱਲ ਨਹੀਂ ਸਾਡੀ ਸੁਣਦਾ ਨਾ ਕੋਈ ਪੁਲਿਸ ਵਾਲਾ ਨਾ ਕੋਈ ਕਾਹੇ ਵਾਲਾ ਅਤੇ ਹੁਣ ਇਹਦੀ ਮੌਤ ਕਰਾਈ ਹੋਈ ਸੀਗੀ ਨਹੀਂ ਜੀ ਇਹ ਹੋਈ ਸਾ ਉੱਥੇ ਫਰੀਦਕੋਟ ਹੋਈ ਮੈਡੀਕਲ 'ਚ ਜੀ ਅਸੀਂ ਉੱਥੇ ਦਾਖਲ ਕਰਾਇਆ ਸੀਗਾ ਇਹਦੇ ਦਰਦ ਉੱਠਦਾ ਸੀਗਾ ਉੱਥੇ ਦਾਖਲ ਕਰਾਤਾ ਉੱਥੇ ਹੀ ਇਹਦੀ ਮੌਤ ਹੋ ਗਈ ਜੀ ਅਤੇ ਕਿੱਥੋਂ ਲੈ ਕੇ ਕਿੱਥੋਂ ਆਉਂਦਾ ਜੀ ਨਸ਼ਾ ਇਹ ਨਸ਼ਾ ਜੀ ਪਿੰਡ ਪਿੰਡ ਦਾ ਵਿਖੀ ਜਾਂਦਾ ਜੀ ਕਿਸੇ ਪਿੰਡੋਂ ਜਾ ਕੇ ਪੁੱਛ ਲਓ ਜੀ ਕਿਸੇ ਪਿੰਡ ਜਾਂਦੇ ਰਹੋ ਉੱਥੇ ਨਸ਼ਾ ਪੈਸੇ ਕਿੱਥੋਂ ਲੈਣੇ ਜੀ ਕੁੱਟ ਮਾਰ ਕੇ ਛਿੱਤਰ ਠੋਕ ਠੋਕ ਕੇ ਅਤੇ ਕਿਸੇ ਲੋਕਾਂ ਤੋਂ ਮੰਗ ਮੰਗ ਕੇ ਅਸੀਂ ਦਿੱਤੇ ਆ ਜੀ ਅਸੀਂ ਕੋਈ ਪੋਲੇ ਪੈਰੀ ਦਿੱਤੇ ਆ ਜੀ ਬਹੁਤ ਸਾਡੀ ਬੁਰੀ ਹਾਲਤ ਵਿਆਹ ਤੋਂ ਬਾਅਦ ਲੱਗਿਆ ਨਸ਼ੇ 'ਤੇ ਹਾਂਜੀ ਵਿਆਹ ਤੋਂ ਬਾਅਦ ਲੱਗਾ ਜੀ ਤੁਹਾਨੂੰ ਕਦੋਂ ਪਤਾ ਲੱਗਾ ਕਿ ਨਸ਼ੇ ਕਰਦਾ ਸਾਨੂੰ ਹੌਲੀ ਹੌਲੀ ਗੁੱਜਾ ਗੁੱਜਾ ਲੋਕ ਦੱਸਦੇ ਸੀਗੇ ਪਹਿਲਾਂ ਅਸੀਂ ਗੋਗੋ ਨਹੀਂ ਕੀਤਾ
ਅਸੀਂ ਆਖਿਆ ਵੀ ਵੀ ਦੁਸ਼ਮਣੀ ਵਾਲੇ ਐਂ ਦੀ ਐਂ ਗਾਂ ਦੀ ਗਾਂ ਗੱਲਾਂ ਬਣਾਈ ਜਾਂਦੇ ਆ। ਅਤੇ ਜਦੋਂ ਹੁਣ ਸਲੀਤ ਹੀ ਪਤਾ ਲੱਗ ਗਿਆ ਫਿਰ ਹੁਣ ਅਸੀਂ ਹਟਦੇ ਹਾਂ ਜੀ, ਕੋਈ ਨਹੀਂ ਕਿਸੇ ਦੀ ਸੁਣਦਾ ਜੀ। ਦੋਨੋਂ ਮੁੰਡੇ ਚਲੇ ਗਏ ਤੁਹਾਡੇ? ਦੋਨੇ ਹੀ ਚਲੇ ਗਏ, ਦੋ ਹੀ ਬੇਟੇ ਸੀ ਦੋਨੇ ਮਰ ਕੇ। ਬਾਪੂ ਫਿਰ ਗੁਜ਼ਾਰਾ ਕਿੱਦਾਂ ਹੋਏਗਾ, ਜਵਾਨ ਪੁੱਤ ਜਿਹੜੇ ਚਲੇ ਗਏ ਆ, ਘਰ ਦੇ ਵਿੱਚ ਗੁਜ਼ਾਰਾ ਕਿੱਦਾਂ ਹੋਊਗਾ ਹੁਣ ਕਿ ਭੁੱਖੇ ਬੈਠੇ ਆ ਜੀ ਅੱਜ ਤੋਂ ਲਾ ਕੇ, ਅਤੇ ਹੁਣ ਸਾਡਾ ਗੁਜ਼ਾਰਾ ਕਿਵੇਂ ਹੋਣਾ ਉਹ ਤੁਹਾਨੂੰ ਪਤਾ ਹੋਣਾ ਚਾਹੀਦਾ, ਗੌਰਮੈਂਟ ਨੂੰ ਗਾਂਹ ਪਤਾ ਹੋਣਾ ਚਾਹੀਦਾ ਵੀ ਕੀ ਅਸੀਂ ਇਹਨਾਂ ਦਾ ਕਰੀਏ ਜੀ। ਕੀ ਕੀ ਵੇਚ ਕੇ ਕਰਦਾ ਸਮਾਨ ਸਾਡਾ? ਵੇਖੋ ਖਾ ਜੀ, ਥਾਂ ਵੇਚਤਾ, ਟਰੈਕਟਰ ਵੇਚਤਾ, ਸਾਰਾ ਕੁਛ ਹੀ ਵੇਚਤਾ ਜੀ, ਘਰੇ ਛੱਡਿਆ ਹੀ ਡੱਕਾ ਨਹੀਂ ਜੀ ਇਹਨਾਂ ਮਿਲੇ। ਅਤੇ ਹੋਰ ਭਾਵਾਂ ਕੁਛ ਸਰਕਾਰ ਹੀ ਬੱਕਰੀ ਆਉਂਦੀ ਜੋ ਕਰੀ ਆਉਂਦੀ ਹੈ ਜੀ, ਇੱਥੇ ਨਿੱਤ ਫੜੀ ਦੇ ਨਿੱਤ ਹੀ ਛੱਡ ਦਿੰਦੇ, ਨਿੱਤ ਹੀ ਫੜੀ ਦੇ ਨਿੱਤ ਹੀ ਛੱਡ ਦਿੰਦੇ ਆ। ਪਹਿਲਾਂ ਜਾਂਦੇ ਆ ਜੀ ਮੌਖੀ ਇਹੋ ਕਰ ਰੱਖਿਆ, ਹੁਣ ਫਿਰ ਵੋਟਾਂ ਸਰਪੰਚੀ ਦੀਆਂ ਆ ਜਾਣੀਆਂ, ਹੁਣ ਉਦੋਂ ਫਿਰ ਜ਼ਿਆਦਾ ਚੱਲ ਪੈਣਾ ਜੀ। ਹਾਂਜੀ, ਇਹ ਮਨਪ੍ਰੀਤ ਸਿੰਘ ਪੁੱਤਰ ਜੋਰਾ ਸਿੰਘ ਵਾਸੀ ਭਲੂਰ, ਜਿਸ ਦੀ ਉਮਰ 37 ਸਾਲ ਸੀ, ਉਹਦੇ ਬਾਰੇ ਸਾਨੂੰ ਰੁੱਕਾ ਫਰੀਦਕੋਟ ਮੈਡੀਕਲ ਕਾਲਜ ਤੋਂ ਆਇਆ ਸੀਗਾ ਜੀ, ਜਿਹਦੇ ਵਿੱਚ ਇਹ ਮੈਨਸ਼ਨ ਕੀਤਾ ਗਿਆ ਸੀ ਵੀ ਓਵਰਡੋਜ਼ ਦੇ ਨਾਲ ਡੈੱਥ ਹੋਈ ਹੈ, ਜਿਹਦੇ ਸੰਬੰਧੀ ਸਾਡੇ ਵੱਲੋਂ FIR ਦਰਜ ਕੀਤੀ ਗਈ ਹੈ, ਸਾਡੇ ਵੱਲੋਂ ਕਾਰਵਾਈ ਜਾਰੀ ਹੈ, ਦੌਰਾਨੇ ਕਾਰਵਾਈ ਦੋ ਆਪਣਾ ਇੱਕ ਲੇਡੀਜ਼ ਕਿਰਨਵੀਰ ਕੌਰ ਅਤੇ ਗੁਰਪ੍ਰੀਤ ਸਿੰਘ, ਦੋਨੇ ਭੈਣ ਭਰਾ ਵਾ, ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਵਾ, ਉਹਨਾਂ ਤੋਂ ਰਿਕਵਰੀ ਵੀ ਹੋਈ ਹੈ ਕੁਛ ਨਸ਼ੇ ਦੀ। ਅਤੇ ਹੋਰ ਵੀ ਅੱਗੇ ਜੇ ਕਿਤੇ ਕੋਈ ਗੱਲਬਾਤ, ਕੋਈ ਤਫਤੀਸ਼ ਦੌਰਾਨ ਕੋਈ ਹੋਰ ਵਿਅਕਤੀ ਇਸ ਘਿਨਾਉਣੇ ਕੰਮ 'ਚ ਨਸ਼ਾ ਸਮਗਲਿੰਗ 'ਚ ਸ਼ਾਮਿਲ ਹੋਣਗੇ ਤਾਂ ਅਸੀਂ ਉਹਨਾਂ ਨੂੰ ਗ੍ਰਿਫਤਾਰ ਕਰਾਂਗੇ, ਅਤੇ ਗ੍ਰਿਫਤਾਰ ਕਰਕੇ ਉਹਨਾਂ 'ਤੇ ਬਣਦੀ ਕਾਰਵਾਈ ਕਰਕੇ ਉਹਨਾਂ ਨੂੰ ਜੇਲ੍ਹ ਭੇਜਾਂਗੇ ਜੀ। ਮਾਮਲਾ ਕੀ ਦਰਜ ਕੀਤਾ ਜੀ? ਮਾਮਲੇ 'ਚ ਦੇਖੋ ਇਹ ਓਵਰਡੋਜ਼ ਦੇ ਕਾਰਨ ਮੌਤ ਹੋਈ ਹੈ ਜੀ, ਇਹ ਕਿ ਬਹੁਤ ਘਿਨਾਉਣੀ ਹਰਕਤ, ਕਿਸੇ ਨਸ਼ਾ ਵੇਚਣਾ, ਨਸ਼ੇ ਦੇ ਕਾਰਨ ਮੌਤ ਹੋ ਜਾਣੀ, ਤਾਂ ਇਹ 'ਚ 304 IPC ਦੇ ਅਧੀਨ ਅਸੀਂ ਪਰਚਾ ਦਰਜ ਕੀਤਾ ਵਾ ਜੀ। ਅਤੇ ਬਿਆਨ ਉਹਨਾਂ ਦਾ ਇਹੀ ਲਿਖਾਇਆ ਗਿਆ ਜੀ ਵੀ ਇੱਥੇ ਜਿਹੜੇ ਹੈਗੇ ਆ ਵੀ ਨਸ਼ੇ ਦੀ ਜਿਹੜੀ ਹੈਗੀ ਆ, ਇਹ ਜਿਹੜਾ ਲੈਂਦਾ ਸੀ ਨਸ਼ੇ ਦੀ ਪੂਰਤੀ ਲਈ, ਇਹ ਕਿਰਨਪ੍ਰੀਤ ਕੌਰ ਕਿਰਨਵੀਰ ਕੌਰ ਨਾਮਕ ਜਿਹੜੀ ਸੀਗੀ ਲੇਡੀਜ਼, ਉਹਦੇ ਕੋਲ ਜਾਂਦਾ ਸੀ, ਉੱਥੋਂ ਹੀ ਨਸ਼ਾ ਲੈਂਦਾ ਸੀ, ਨਾਲ ਉਹਦਾ ਬ੍ਰਦਰ ਗੁਰਪ੍ਰੀਤ ਗੋਪੀ ਉਹ ਕੰਮ ਕਰਦਾ ਸੀਗਾ ਇਹ ਨਸ਼ਾ ਵੇਚਣ ਦਾ। ਕਿੰਨੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ? ਇਹ ਜੀ ਆਪਣਾ ਦੋ ਜਣਿਆਂ ਦੇ ਖਿਲਾਫ਼ ਆ ਜੀ ਫਿਲਹਾਲ ਤਾਂ ਦਰਜ ਇਸ ਵਕਤ, ਬਾਕੀ ਅੱਗੇ ਸਾਡੀ ਤਫਤੀਸ਼ ਜਾਰੀ।